ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਪਿਆਰੇ ਵਿਦਿਆਰਥੀਓ ਅੱਜ ਆਪਾਂ ਜਮਾਤ 7ਵੀਂ ਵਿਸ਼ਾ ਸਮਾਜਿਕ ਵਿਗਿਆਨ ਦਾ ਜੋ ਤੁਹਾਡਾ ਅਪ੍ਰੈਲ ਅਤੇ ਮਈ ਦਾ ਸਿਲੇਬਸ ਹੈਗਾ ਉਸ ਸਿਲੇਬਸ ਦੇ ਵਿੱਚ ਇੱਕ ਤੁਹਾਡਾ ਨਾਗਰੀय ਸ਼ਾਸਤਰ ਦਾ ਪਾਠ ਹੈਗਾ ਪਾਠ ਨੰਬਰ 18 ਨਾਮ ਹੈ ਗੱਲ ਲੋਕਤੰਤਰ ਅਤੇ ਸਮਾਨਤਾ ਇਹ ਤੁਹਾਡਾ ਨਾਗਰੀय ਸ਼ਾਸਤਰ ਦਾ ਇੱਕੋ ਇੱਕ ਪਾਠ ਹੈ ਤੁਹਾਡਾ ਠੀਕ ਹੈ ਜਿਹੜਾ ਅਪ੍ਰੈਲ ਮਈ ਦੇ ਵਿੱਚ ਆਪਾਂ ਕਰਨਾਗਾ ਇਸ ਪਾਠ ਦੇ ਅੱਜ ਆਪਾਂ ਤੁਹਾਡੇ ਲਈ ਜਿਹੜੇ ਪ੍ਰਸ਼ਨ ਉੱਤਰ ਹੈਗੇ ਖਾਲੀ ਥਾਵਾਂ ਤੇ ਸਹੀ ਗਲਤ ਕੋਹਲ ਕਰਾਂਗੇ ਤੁਸੀਂ ਇਹ ਪ੍ਰਸ਼ਨ ਉੱਤਰ ਆਪਣੀਆਂ ਕਾਪੀਆਂ ਦੇ ਉੱਪਰ ਨੋਟ ਕਰਨੇ ਆ ਬੜੇ ਧਿਆਨ ਦੇਣਾ ਠੀਕ ਹੈ ਆਓ ਸ਼ੁਰੂ ਕਰਦੇ ਹਾਂਗੇ ਤਾਂ ਪ੍ਰਸ਼ਨ ਨੰਬਰ 1 ਹੈ ਆਪਣਾ ਜਦਾ ਲੋਕਤੰਤਰੀ ਸਰਕਾਰ ਤੋਂ ਕੀ ਭਾਵ ਹੈ ਠੀਕ ਹੈ ਤਾਂ ਲੋਕਤੰਤਰੀ ਜਿਹੜੀ ਸਰਕਾਰ ਹੈਗੇ ਉਸ ਨੂੰ ਲੋਕ ਚੁਣਦੇ ਹੈਗੇ ਮਤਲਬ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਆਪਾਂ ਲੋਕਤੰਤਰੀ ਸਰਕਾਰ ਕਹਿੰਦੇ ਹੈਗੇ ਵੇਖੋ ਇਹ ਜਵਾਬ ਦੇਖੋ ਕਹਿੰਦਾ ਲੋਕਤੰਤਰੀ ਸਰਕਾਰ ਵਿੱਚ ਲੋਕ ਖੁਦ ਆਪਣੀ ਸਰਕਾਰ ਚੁਣਦੇ ਹੈਗੇ ਠੀਕ ਹੈ ਇਹ ਲੋਕਾਂ ਦੀ ਲੋਕਾਂ ਲਈ ਅਤੇ ਲੋਕਾਂ ਦੁਆਰਾ ਸਰਕਾਰ ਹੁੰਦੀ ਹੈ। ਯਾਨੀ ਕਿ ਲੋਕਤੰਤਰੀ ਸਰਕਾਰ ਵਿੱਚ ਜਿਹੜੀ ਸਰਕਾਰ ਉਹਦੀ ਚੋਣ ਕੌਣ ਕਰਦੇ ਹੈਗੇ ਖੁਦ ਲੋਕ ਇਹ ਲੋਕਾਂ ਦੀ ਲੋਕਾਂ ਲਈ ਅਤੇ ਲੋਕਾਂ ਦੁਆਰਾ ਸਰਕਾਰ ਹੁੰਦੀ ਹੈ। ਠੀਕ ਹੈ। ਪ੍ਰਸ਼ਨ ਨੰਬਰ 2 ਹੈ ਆਪਣੇ ਕੋਲ। ਕਾਨੂੰਨ ਦੇ ਰਾਜ ਤੋਂ ਤੁਸੀਂ ਕੀ ਸਮਝਦੇ ਹੋ? ਠੀਕ ਹੈ। ਤਾਂ ਕਾਨੂੰਨ ਦਾ ਰਾਜ ਕੀ ਹੁੰਦਾ ਹੈਗਾ ਵੀ ਜਿੱਥੇ ਇੱਕ ਦੇਸ਼ ਦਾ ਸ਼ਾਸਨ ਪ੍ਰਬੰਧ ਨਿਯਮਾਂ ਜੇ ਨਿਜ਼ਮਾ ਦੇ ਅਨੁਸਾਰ ਚਲਾਇਆ ਜਾਂਦਾ ਹੈਗਾ ਠੀਕ ਹੈ ਤੇ ਕਾਨੂੰਨ ਦੇ ਸਾਹਮਣੇ ਸਾਰੇ ਜਿਹੜੇ ਲੋਕ ਹੈਗੇ ਇੱਕ ਬਰਾਬਰ ਹੁੰਦੇ ਹੈਗੇ ਉੱਤਰ ਦੇਖੋ ਇਹਦਾ ਕਹਿੰਦਾ ਕਾਨੂੰਨ ਦੇ ਰਾਜ ਤੋਂ ਭਾਵ ਹੈ ਕਿ ਦੇਸ਼ ਦਾ ਸ਼ਾਸਨ ਨਿਸ਼ਚਿਤ ਨਿਯਮਾਂ ਦੇ ਅਨੁਸਾਰ ਚਲਾਇਆ ਜਾਂਦਾ ਹੈ ਅਤੇ ਕਾਨੂੰਨ ਸਾਰੇ ਲੋਕਾਂ ਦੇ ਲਈ ਇੱਕੋ ਜਿਹਾ ਹੁੰਦਾ ਹੈ ਠੀਕ ਹੈ ਅੱਗੇ ਉਹ ਪ੍ਰਸ਼ਨ ਨੰਬਰ 3 ਵੋਟ ਦੇ ਅਧਿਕਾਰ ਦਾ ਲੋਕਤੰਤਰ ਵਿੱਚ ਕੀ ਮਹੱਤਵ ਹੈ ਕਿ ਹੈ ਰਾਈਟ ਟੂ ਬੋਟ ਬੋਟ ਦਾ ਅਧਿਕਾਰ ਹੈ ਜਿਹੜਾ ਤਾਂ ਦੇਖੋ ਵੀ ਸਰਕਾਰ ਦੀ ਚੋਣ ਕਾਦੇ ਰਹੀ ਹੁੰਦੀ ਹੈਗੀ ਵੋਟਾਂ ਦਾ ਹੀ ਤੇ ਵੋਟ ਕੌਣ ਪਾਉਂਦੇ ਹੈਗੇ ਲੋਕ ਹੈਨਾ ਤਾਂ ਜੇਕਰ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਊਗਾ ਤਾਂ ਉਹ ਆਪਣੀ ਇੱਛਾ ਦੇ ਅਨੁਸਾਰ ਸਰਕਾਰ ਦੀ ਚੋਣ ਕਰ ਸਕਦੇ ਹੈਗੇ ਉੱਤਰ ਦੇਖੋ ਇਹਦਾ ਕਹਿੰਦਾ ਲੋਕਤੰਤਰ ਵਿੱਚ ਲੋਕ ਵੋਟਾਂ ਪਾ ਕੇ ਆਪਣੀ ਸਰਕਾਰ ਚੁਣਦੇ ਹਨ ਜੇਕਰ ਸਰਕਾਰ ਲੋਕਾਂ ਦੇ ਭਲੇ ਲਈ ਕੰਮ ਨਾ ਕਰੇ ਤਾਂ ਲੋਕ ਵੋਟਾਂ ਦੁਆਰਾ ਉਸ ਸਰਕਾਰ ਨੂੰ ਬਦਲ ਵੀ ਸਕਦੇ ਹਨ ਇਸ ਲਈ ਵੋਟ ਦਾ ਅਧਿਕਾਰ ਬਹੁਤ ਮਹੱਤਵਪੂਰਨ ਹੁੰਦਾ ਹੈ ਠੀਕ ਹੈ ਜਿਹੜੀ ਸਰਕਾਰ ਮੰਨ ਲਓ ਕਿਸੇ ਸਰਕਾਰ ਦੀ ਚੋਣ 5 ਸਾਲ ਦੇ ਲਈ ਹੋਈ ਹੈਗੀ ਠੀਕ ਹੈ ਅਗਰ ਉਹ ਸਰਕਾਰ ਲੋਕਾਂ ਦੇ ਲਈ ਕੰਮ ਕਰ ਰਹੀ ਹੈਗੀ ਤਾਂ ਚੰਗੀ ਗੱਲ ਹੈ ਜੇਕਰ ਉਹ ਕੰਮ ਨਹੀਂ ਕਰ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਲੋਕ ਉਸ ਸਰਕਾਰ ਨੂੰ ਵੋਟਾਂ ਨਹੀਂ ਪਾਉਂਦੇ ਤੇ ਆਪਣੀ ਇੱਕ ਨਵੀਂ ਜਿਹੜੀ ਸਰਕਾਰ ਹੈਗੀ ਉਹ ਬਣਾ ਦੇ ਦੇਗੇ ਠੀਕ ਹੈ ਪ੍ਰਸ਼ਨ ਨੰਬਰ 4 ਹੈ ਲੋਕਤੰਤਰ ਵਿੱਚ ਲੋਕਮਤ ਦਾ ਕੀ ਮਤਵ ਹੈ ਠੀਕ ਹੈ ਲੋਕਮਤ ਲੋਕਾਂ ਦੀ ਮਤ ਜਾਂ رائے ਇੱਛਾ ਠੀਕ ਹੈ ਲੋਕਮਤ ਤੋਂ ਭਾਵ ਹੈ ਲੋਕਾਂ ਦੀ ਇੱਛਾ ਜੋ ਸਰਕਾਰ ਲੋਕਾਂ ਦੀ ਇੱਛਾ ਦੇ ਅਨੁਸਾਰ ਕੰਮ ਨਹੀਂ ਕਰਦੀ ਲੋਕ ਵੋਟਰਾਂ ਰਾਹੀਂ ਉਸ ਸਰਕਾਰ ਨੂੰ ਬਦਲ ਦਿੰਦੇ ਹਨ ਜਿਹੜੀ ਸਰਕਾਰ ਲੋਕਾਂ ਦੀ ਇੱਛਾ ਦੇ ਅਨੁਸਾਰ ਲੋਕਾਂ ਦੀ رائے ਅਨੁਸਾਰ ਕੰਮ ਕਰਦੀ ਰਹਿੰਦੀ ਹੈ ਉਹ ਚੱਲਦੀ ਰਹਿੰਦੀ ਹੈਗੀ ਪਰ ਜਿਹੜੀ ਸਰਕਾਰ ਲੋਕਾਂ ਦੀ ਇੱਛਾ ਅਨੁਸਾਰ ਕੰਮ ਨਹੀਂ ਕਰਦੀ ਲੋਕ ਵੋਟਾਂ ਪਾ ਕੇ ਉਸ ਸਰਕਾਰ ਨੂੰ ਫਿਰ ਬਦਲ ਦਿੰਦੇ ਹਨ ਠੀਕ ਹੈ ਹਾਂਜੀ ਪ੍ਰਸ਼ਨ ਨੰਬਰ 5 ਹੈ ਆਪਣੇ ਕੋਲ ਕਿਹੜੇ ਦੇਸ਼ ਵਿੱਚ ਅਜੇ ਵੀ ਸਿੱਧਾ ਲੋਕਤੰਤਰ ਹੈ ਠੀਕ ਹੈ ਤਾਂ ਸਿੱਧਾ ਲੋਕਤੰਤਰ ਉਹ ਹੁੰਦਾ ਹੈਗਾ ਵੀ ਜਿੱਥੇ ਲੋਕ ਕਾਨੂੰਨ ਬਣਾਉਣ ਸਮੇਂ ਸਿੱਧਾ ਸਰਕਾਰ ਦੇ ਵਿੱਚ ਸ਼ਾਮਿਲ ਹੁੰਦੇ ਹੈਗੇ ਠੀਕ ਹੈ ਤਾਂ ਸਵਿਟਜ਼ਰਲੈਂਡ ਵਿੱਚ ਅੱਜ ਵੀ ਸਿੱਧਾ ਲੋਕਤੰਤਰ ਹੈ ਠੀਕ ਹੈ ਸਿਰਫ ਤੁਸੀਂ ਸੈਕੰਡ ਲਾਈਨ ਕਰਿਓ ਸਵਿਟੇਰਲੈਂਡ ਵਿੱਚ ਅੱਜ ਵੀ ਸਿੱਧਾ ਲੋਕਤੰਤਰ ਹੈ ਠੀਕ ਹੈ ਨਾ ਪੁੱਛੇ ਵੀ ਕਿਹੜੇ ਦੇਸ਼ ਵਿੱਚ ਅਜੇ ਵੀ ਸਿੱਧਾ ਲੋਕਤੰਤਰ ਹੈ ਤਾਂ ਆਪਾਂ ਕੀ ਲਿਖਾਂਗੇ ਸਵਿਟੇਰਲੈਂਡ ਠੀਕ ਹੈ ਪ੍ਰਸ਼ਨ ਨੰਬਰ 6 ਹੈ ਆਪਣੇ ਕੋਲ ਲੋਕਤੰਤਰ ਦੇ ਹੋਂਦ ਵਿੱਚ ਆਉਣ ਤੇ ਨੋਟ ਲਿਖੋ ਲੋਕਤੰਤਰ ਇਹ ਕਿਵੇਂ ਹੋਂਦ ਦੇ ਵਿੱਚ ਆਇਆ ਕਿਵੇਂ ਦੀ ਸ਼ੁਰੂਆਤ ਹੋਈ ਠੀਕ ਹੈ ਤਾਂ ਲੋਕਤੰਤਰ ਦਾ ਜਿਹੜਾ ਆਰੰਭ ਸੀ ਉਹ ਕਿੱਥੋਂ ਹੋਇਆ ਜੁਨਾਨ ਦੇਸ਼ ਦਾ ਸ਼ਹਿਰ ਸੀ ਇਥਨਸ ਠੀਕ ਹੈ ਲੋਕਤੰਤਰ ਦਾ ਆਰੰਭ ਜੁਨਾਨ ਦੇਸ਼ ਦੇ ਸ਼ਹਿਰ ਇਥਨਸ ਵਿੱਚ ਲਗਭਗ 2500 ਸਾਲ ਪਹਿਲਾਂ ਹੋਇਆ ਠੀਕ ਹੈ ਉੱਥੋਂ ਦੇ ਲੋਕ ਸਾਲ ਵਿੱਚ ਕਈ ਵਾਰ ਇਕੱਠੇ ਹੋ ਕੇ ਸਭਾ ਕਰਦੇ ਸੀ ਇਕੱਠੇ ਹੁੰਦੇ ਸੀ ਮੀਟਿੰਗ ਕਰਦੇ ਸੀ ਅਤੇ ਫੈਸਲੇ ਕਰਦੇ ਸੀ ਉਸ ਸਮੇਂ ਸਿੱਧਾ ਲੋਕਤੰਤਰ ਪ੍ਰਚਲਿਤ ਸੀ ਡਾਇਰੈਕਟ ਡੈਮੋਕ੍ਰੇਸੀ ਠੀਕ ਹੈ ਤਾਂ ਲੋਕਤੰਤਰ ਦਾ ਆਰੰਭ ਅਗਰ ਤੁਹਾਨੂੰ ਪੁੱਛਿਆ ਜਾਵੇ ਵੀ ਕਿੱਥੋਂ ਆਇਆ ਦਾ ਕਿੱਥੋਂ ਆਇਆ ਹੈ ਜੁਨਾਨ ਦੇ ਸ਼ਹਿਰ ਇਥਨਸ ਤੋਂ ਕਿੰਨੇ ਸੂ ਸਾਲ ਪਹਿਲਾਂ ਲਗਭਗ 2500 ਸਾਲ ਪਹਿਲਾਂ ਤਾਂ ਇਹ ਲੋਕ ਸਾਲ ਦੇ ਵਿੱਚ ਕਈ ਵਾਰ ਇਕੱਠੇ ਹੋ ਕੇ ਮੀਟਿੰਗ ਕਰਦੇ ਸੀ ਸਭਾ ਸਭਾ ਬੁਲਾਉਂਦੇ ਸੀ ਤੇ ਫੈਸਲੇ ਲੈਂਦੇ ਸੀ ਠੀਕ ਹੈ ਉਸ ਸਮੇਂ ਜਿਹੜਾ ਸਿੱਧਾ ਲੋਕਤੰਤਰ ਉਹ ਪ੍ਰਚਲਿਤ ਸੀ ਪ੍ਰਸ਼ਨ ਨੰਬਰ 7 ਆਪਣੇ ਕੋਲ ਲੋਕਤੰਤਰੀ ਸਰਕਾਰ ਸਭ ਤੋਂ ਪਹਿਲਾਂ ਕਿਹੜੇ ਦੇਸ਼ ਵਿੱਚ ਸਥਾਪਿਤ ਹੋਈ ਦੇਖੋ ਵੀ ਕਿੱਥੇ ਆਪਾਂ ਕੀਤਾ ਸੀ ਜੁਨਾਨ ਦੇ ਵਿੱਚ ਤਾਂ ਲੋਕਤੰਤਰੀ ਸਰਕਾਰ ਸਭ ਤੋਂ ਪਹਿਲਾਂ ਕਿੱਥੇ ਸਥਾਪਿਤ ਹੋਈ ਵੀ ਜੁਨਾਨ ਦੇ ਵਿੱਚ ਠੀਕ ਹੈ ਇਸ ਤੋਂ ਬਾਅਦ ਪ੍ਰਸ਼ਨ ਨੰਬਰ ਆ ਗਿਆ ਆਪਣੇ ਕੋਲ 8 ਇਹ ਜਿਹੜੇ ਪ੍ਰਸ਼ਨ ਹੈਗੇ ਵੀ ਤੁਹਾਨੂੰ ਥੋੜਾ ਵੱਡੇ ਪ੍ਰਸ਼ਨ ਹੈਗੇ ਵੱਧ ਨੰਬਰਾਂ ਦੇ ਵਿੱਚ ਆਉਣਗੇ ਤਾਂ ਇਹਦੇ ਵਿੱਚ ਆਪਾਂ ਜਿਹੜੀਆਂ ਚਾਰ ਪ੍ਰਕਾਰ ਦੀਆਂ ਸਰਕਾਰਾਂ ਨੇ ਠੀਕ ਹੈ ਉਹਨਾਂ ਦੇ ਦੱਸਣਾ ਹੈਗਾ ਜਿਵੇਂ ਪ੍ਰਧਾਨਾਤਮਕ ਸਰਕਾਰ ਠੀਕ ਹੈ ਸਰਕਾਰ ਦੇ ਵੱਖ-ਵੱਖ ਰੂਪ ਨੇ ਲੋਕਤੰਤਰੀ ਸਰਕਾਰ ਦੇ ਪ੍ਰਧਾਨਾਤਮਕ ਜਿਹੜੀ ਸਰਕਾਰ ਹੁੰਦੀ ਹੈ ਵੀ ਇਹਦੇ ਵਿੱਚ ਜਿਹੜਾ ਦੇਸ਼ ਦਾ ਮੁਖੀ ਹੁੰਦਾ ਨਾ ਰਾਸ਼ਟਰਪਤੀ ਉਹ ਲੋਕਾਂ ਦੁਆਰਾ ਚੁਣਿਆ ਜਾਂਦਾ ਹੈਗਾ ਡਾਇਰੈਕਟ ਮਤਲਬ ਸਿੱਧੀਆਂ ਲੋਕਾਂ ਦੁਆਰਾ ਵੋਟਾਂ ਪਾ ਕੇ ਰਾਸ਼ਟਰਪਤੀ ਦੀ ਚੋਣ ਕੀਤੀ ਜਾਂਦੀ ਹੈਗੀ ਇਸ ਸਰਕਾਰ ਵਿੱਚ ਦੇਸ਼ ਦਾ ਰਾਸ਼ਟਰਪਤੀ ਸਿੱਧਾ ਲੋਕਾਂ ਦੁਆਰਾ ਚੁਣਿਆ ਜਾਂਦਾ ਹੈਗਾ ਇਹ ਸਰਕਾਰ ਕਿੱਥੇ ਵੀ ਅਮਰੀਕਾ ਦੇ ਵਿੱਚ ਪ੍ਰਧਾਨਾਤਮਕ ਸਰਕਾਰ ਦੂਸਰੀ ਹੈਗੀ ਸੰਸਦਾਂਤਮਕ ਜਿਹੜੀ ਸੰਸਦਾਂਤਮਕ ਸਰਕਾਰ ਹੈ ਵੀ ਇਹਦੇ ਵਿੱਚ ਸੰਸਦ ਦੇ ਵਿੱਚ ਜ਼ਿਆਦਾ ਸ਼ਕਤੀਆਂ ਹੁੰਦੀਆਂ ਨੇ ਸੰਸਦ ਦੇ ਕੋਲ ਠੀਕ ਹੈ ਕਹਿੰਦਾ ਇਸ ਤਰ੍ਹਾਂ ਦੀ ਸਰਕਾਰ ਵਿੱਚ ਸੰਸਦ ਬਧੇਰੇ ਸ਼ਕਤੀਸ਼ਾਲੀ ਹੁੰਦੀ ਹੈ ਰਾਜ ਦੀ ਅਸਲੀ ਸ਼ਕਤੀ ਕਿਹਦੇ ਕੋਲ ਹੁੰਦੀ ਹੈਗੀ ਪ੍ਰਧਾਨ ਮੰਤਰੀ ਕੋਲ ਭਾਰਤ ਦੇ ਵਿੱਚ ਸੰਸਦੀ ਸਰਕਾਰ ਠੀਕ ਹੈ ਪ੍ਰਧਾਨਾਤਮਕ ਸਰਕਾਰ ਕਿੱਥੇ ਹੈਗੀ ਅਮਰੀਕਾ ਦੇ ਵਿੱਚ ਹੈਗੀ ਸੰਸਦਾਤਮਕ ਸਰਕਾਰ ਕਿੱਥੇ ਹੈਗੀ ਭਾਰਤ ਦੇ ਵਿੱਚ ਹੈ ਨੰਬਰ 3 ਤੇ ਇਕਾਤਮਕ ਸਰਕਾਰ ਠੀਕ ਹੈ ਹੁਣ ਜਿਹੜੀ ਇਕਾਤਮਕ ਸਰਕਾਰ ਹੈ ਵੀ ਉਹਦੇ ਵਿੱਚ ਕੇਂਦਰ ਤੇ ਰਾਜਾਂ ਦੇ ਵਿੱਚਕਾਰ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ ਪਰ ਜ਼ਿਆਦਾ ਸ਼ਕਤੀਆਂ ਕਿਹਦੇ ਕੋਲ ਹੁੰਦੀਆਂ ਨੇ ਕੇਂਦਰ ਕੋਲ ਠੀਕ ਹੈ ਨੰਬਰ 4 ਸੰਘਾਤਮਕ ਸਰਕਾਰ ਹੁਣ ਸੰਘਾਤਮਕ ਸਰਕਾਰ ਦੇ ਵਿੱਚ ਵੀ ਕੇਂਦਰ ਅਤੇ ਰਾਜਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ ਉੱਥੇ ਕੇਂਦਰ ਅਤੇ ਰਾਜਾਂ ਦੇ ਵਿੱਚ ਆਪਣੀਆਂ ਆਪਣੀਆਂ ਸਰਕਾਰਾਂ ਹੁੰਦੀਆਂ ਨੇ ਠੀਕ ਹੈ ਹਰੇਕ ਰਾਜ ਦੀ ਆਪਣੀ ਸਰਕਾਰ ਹੁੰਦੀ ਹੈ ਭਾਰਤ ਵਿੱਚ ਵੀ ਕਿਹੜੀ ਸਰਕਾਰ ਹੈ ਵੀ ਸੰਘਾਤਮਕ ਸਰਕਾਰ ਹੈ ਜਾਨੀ ਕਿ ਭਾਰਤ ਵਿੱਚ ਸੰਸਦਾਤਮਕ ਅਤੇ ਸੰਘਾਤਮਕ ਸਰਕਾਰ ਹੈ ਹਾਂਜੀ ਪ੍ਰਸ਼ਨ ਨੰਬਰ 9 ਦੀ ਆਪਾਂ ਜੇ ਗੱਲ ਕਰੀਏ ਲੋਕਤੰਤਰੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਲਿਖੋ ਜਿਹੜੀ ਲੋਕਤੰਤਰੀ ਸਰਕਾਰ ਹੈ ਉਹਦੇ ਕਿਹੜੀਆਂ-ਕਿਹੜੀਆਂ ਵਿਸ਼ੇਸ਼ਤਾਵਾਂ ਨੇ ਸਭ ਤੋਂ ਪਹਿਲਾ ਵੀ ਨੰਬਰ 1 ਹੈ ਸੂਝਵਾਨ ਨਾਗਰਿਕ ਠੀਕ ਹੈ ਲੋਕਤੰਤਰੀ ਦੇ ਲਈ ਲੋਕ ਇੱਕ ਚੰਗੇ ਲੋਕਤੰਤਰ ਦੇ ਲਈ ਸੂਝਵਾਨ ਤੇ ਪੜ੍ਹੇ ਲਿਖੇ ਨਾਗਰਿਕ ਬਹੁਤ ਜ਼ਰੂਰੀ ਹੈਗੇ ਠੀਕ ਹੈ ਸੂਝਵਾਨ ਨਾਗਰਿਕ ਹੀ ਚੰਗੀ ਸਰਕਾਰ ਦੀ ਚੋਣ ਕਰ ਸਕਦੇ ਆ ਜਿਹੜੇ ਵਿਅਕਤੀ ਪੜ੍ਹੇ ਲਿਖੇ ਹੈਗੇ ਉਹ ਵੀ ਉਹ ਹੀ ਚੰਗੇ ਨੇਤਾਵਾਂ ਤੇ ਚੰਗੀ ਸਰਕਾਰ ਦੀ ਚੋਣ ਕਰ ਸਕਦੇ ਆਗੇ ਨੰਬਰ 2 ਤੇ ਪਹਿਲਾਂ ਗੱਲ ਕਰੀਏ ਸੂਝਵਾਨ ਤੇ ਸਮਝਦਾਰ ਨੇਤਾ ਸਮਝਦਾਰ ਅਤੇ ਲੋਕਪੱਖੀ ਨੇਤਾ ਹੀ ਸਰ ਲੋਕਤੰਤਰ ਵਿੱਚ ਲੋਕ ਭਲਾਈ ਦੇ ਕੰਮ ਕਰ ਸਕਦੇਗੇ ਜਿਹੜੇ ਨੇਤਾ ਠੀਕ ਹੈ ਮਨਿਸਟਰ ਸੂਝਵਾਨ ਤੇ ਸਮਝਦਾਰ ਹੋਣਗੇ ਉਹੀ ਲੋਕਾਂ ਦੇ ਲਈ ਅਤੇ ਆਪਣੇ ਦੇਸ਼ ਦੇ ਲਈ ਵਧੀਆ ਢੰਗ ਨਾਲ ਕੰਮ ਕਰ ਸਕਦੇਗੇ ਨੰਬਰ 3 ਸਮਾਜਿਕ ਅਤੇ ਆਰਥਿਕ ਸਮਾਨਤਾ ਲੋਕਤੰਤਰ ਦੇ ਵਿੱਚ ਜਿਹੜੇ ਨਾਗਰਿਕਾਂ ਦੇ ਵਿੱਚ ਵੀ ਜਾਤ ਪਾਤ ਧਰਮ ਭਾਸ਼ਾ ਆਦ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਆਰਥਿਕ ਤੇ ਸਮਾਜਿਕ ਤੌਰ ਤੇ ਬਰਾਬਰੀ ਹੋਣੀ ਚਾਹੀਦੀ ਹੈਗੀ ਤਾਂ ਹੀ ਲੋਕਤੰਤਰ ਵਧੀਆ ਢੰਗ ਨਾਲ ਕੰਮ ਕਰ ਸਕਦਾ ਹੈਗਾ ਠੀਕ ਹੈ ਜੀ ਆਓ ਪ੍ਰਸ਼ਨ ਨੰਬਰ 10 ਹੈ ਆਪਣੇ ਕੋਲ ਸਮਾਜਿਕ ਅਤੇ ਆਰਥਿਕ ਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ ਕਹਿੰਦਾ ਲੋਕਤੰਤਰ ਵਿੱਚ ਨਾਗਰਿਕਾਂ ਵਿੱਚ ਜਾਤ ਪਾਤ ਧਰਮ ਭਾਸ਼ਾ ਦੀ ਆਧਾਰ ਤੇ ਕੋਈ ਵਿਤਕਰਾਂ ਨਹੀਂ ਕੀਤਾ ਜਾਣਾ ਚਾਹੀਦਾ ਸਭ ਉਹ ਆਰਥਿਕ ਤੇ ਸਮਾਜਿਕ ਤੌਰ ਤੇ ਬਰਾਬਰੀ ਹੋਣੀ ਚਾਹੀਦੀ ਹੈ ਠੀਕ ਹੈ ਤਾਂ ਸਮਾਜਿਕ ਤੇ ਆਰਥਿਕ ਸਮਾਨਤਾ ਤੋਂ ਕੀ ਭਾਵ ਹੈ ਵੀ ਜਿਹੜੇ ਦੇਸ਼ ਦੇ ਨਾਗਰਿਕ ਇਹਨਾਂ ਵਿੱਚ ਜਾਤ ਪਾਤ ਧਰਮ ਰੰਗ ਦੇ ਆਧਾਰ ਤੇ ਕੋਈ ਵੀ ਵਿਤਕਰਾਂ ਨਹੀਂ ਹੋਣਾ ਚਾਹੀਦਾ ਸਾਰੇ ਲੋਕਾਂ ਨੂੰ ਬਰਾਬਰ ਮੰਨਿਆ ਜਾਣਾ ਚਾਹੀਦਾ ਹਾਂਜੀ ਪ੍ਰਸ਼ਨ ਨੰਬਰ ਹੈ ਆਪਣੇ ਕੋਲ 11 ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਹਰਮਨ ਪਿਆਰੀ ਕਿਉਂ ਹੈ ਮੌਜੂਦਾ ਸਮੇਂ ਦੇ ਵਿੱਚ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਕਿਹੜੀ ਸਰਕਾਰ ਹੈ ਵੀ ਲੋਕਤੰਤਰੀ ਸਰਕਾਰ ਹੁਣ ਇਹ ਲੋਕਤੰਤਰੀ ਸਰਕਾਰ ਇੰਨੀ ਹਰਮਨ ਪਿਆਰੀ ਕਿਉਂ ਉਹਦਾ ਆਪਾਂ ਕਾਰਨ ਦੱਸਣਾਗਾ ਠੀਕ ਹੈ ਤਾਂ ਨੰਬਰ 1 ਸਮਾਨਤਾ ਲੋਕਤੰਤਰ ਦੇ ਵਿੱਚ ਸਾਰੇ ਨਾਗਰਿਕ ਹੁੰਦੇ ਵੀ ਸਮਾਨ ਹੁੰਦੇ ਹੈਗੇ ਕਿਸੇ ਨਾਲ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਂਦਾ ਨੰਬਰ 2 ਸੁਤੰਤਰਤਾ ਲੋਕਾਂ ਨੂੰ ਕੁਝ ਤਾਂ ਬਣਾਉਣ ਦੇਸ਼ ਦੇ ਕਿਸੇ ਵੀ ਖੇਤਰ ਵਿੱਚ ਜਾਵਸਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੁੰਦੀ ਹੈ ਨੰਬਰ 3 ਨਾਗਰਿਕਾਂ ਦੀ ਸਰਗਰਮ ਭੂਮਿਕਾ ਲੋਕਤੰਤਰ ਵਿੱਚ ਨਾਗਰਿਕ ਸਰਗਰਮ ਭੂਮਿਕਾ ਨਿਭਾਉਂਦੇ ਹੈਗੇ ਉਹ ਵੋਟਾਂ ਪਾ ਕੇ ਆਪਣੀ ਸਰਕਾਰ ਦੀ ਚੋਣ ਕਰਦੇ ਹੈਗੇ ਠੀਕ ਹੈ ਤਾਂ ਇਹ ਤਿੰਨ ਪੁਆਇੰਟ ਹੈਗੇ ਜਿਹਦੇ ਕਰਕੇ ਲੋਕਤੰਤਰੀ ਸਰਕਾਰ ਅੱਜ ਕੱਲ ਜਿਆਦਾ ਹਰਮਨ ਪਿਆਰੀ ਹੈਗੀ ਸਮਾਨਤਾ ਸੁਤੰਤਰਤਾ ਨਾਗਰਿਕਾਂ ਦੀ ਸਰਗਰਮ ਭੂਮਿਕਾ ਠੀਕ ਹੈ ਜੀ ਤਾਂ ਇਹ ਆਪਣੀ ਪ੍ਰਸ਼ਨ ਉੱਤਰ ਸੀ ਇਸ ਤੋਂ ਬਾਅਦ ਆਪਾਂ ਕਰਦੇ ਹੈਗੇ ਖਾਲੀ ਥਾਂ ਨੰਬਰ 1 ਦੇ ਭਾਰਤ ਦੇਸ਼ ਦਾ ਮੁਖੀਆ ਰਾਸ਼ਟਰਪਤੀ ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾਗਾ ਇਸ ਲਈ ਭਾਰਤ ਇੱਕ ਕਿਹੜਾ ਦੇਸ਼ ਹੈ ਵੀ ਲੋਕਤੰਤਰੀ ਦੇਸ਼ ਹੈ ਨੰਬਰ 2 ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦਾ ਨਾਮਾਤਰ ਮੁਖੀ ਡੈਸ਼ ਹੈ ਅਤੇ ਰਾਜ ਸਰਕਾਰ ਦਾ ਨਾਮਾਤਰ ਮੁਖੀ ਡੈਸ਼ ਹੈ ਹਾਂਜੀ ਕੇਂਦਰ ਸਰਕਾਰ ਦਾ ਨਾਮਾਤਰ ਮੁਖੀ ਹੁੰਦਾ ਵੀ ਰਾਸ਼ਟਰਪਤੀ ਨਾਮਾਤਰ ਦਾ ਜਿਹਦਾ ਸਿਰਫ ਨਾਮ ਚੱਲਦਾਗਾ ਅਸਲ ਦੇ ਵਿੱਚ ਕੰਮ ਕੇਂਦਰ ਵਿੱਚ ਪ੍ਰਧਾਨ ਮੰਤਰੀ ਕਰਦਾਗਾ ਤੇ ਰਾਜ ਸਰਕਾਰ ਦੇ ਵਿੱਚ ਮੁੱਖ ਮੰਤਰੀ ਕਰਦਾ ਹੈ ਤੇ ਰਾਜ ਦੇ ਵਿੱਚ ਰਾਜਪਾਲ ਕੇਂਦਰ ਸਰਕਾਰ ਦੇ ਵਿੱਚ ਨਾ ਮਾਤਰ ਦਾ ਮੁਖੀ ਵੀ ਰਾਸ਼ਟਰਪਤੀ ਤੇ ਰਾਜ ਸਰਕਾਰ ਦੇ ਵਿੱਚ ਨਾ ਮਾਤਰ ਦਾ ਮੁਖੀ ਰਾਜਪਾਲ ਨੰਬਰ 3 ਲੋਕਤੰਤਰ ਦਾ ਰੰਭ ਡੈਸ਼ ਦੇ ਸ਼ਹਿਰ ਡੈਸ਼ ਵਿੱਚ ਹੋਇਆ ਜੁਨਾਨ ਦਾ ਸ਼ਹਿਰ ਸੀ ਕੀ ਨਾਮ ਸੀ ਵੀ ਐਥንስ ਆਪ ਅੱਪਰ ਕਰਕੇ ਆਏਗੇ ਨੰਬਰ 4 ਡੈਸ਼ ਹੀ ਅਜਿਹਾ ਦੇਸ਼ ਹੈ ਜਿੱਥੇ ਅੱਜ ਵੀ ਸਿੱਧਾ ਲੋਕਤੰਤਰ ਹੈ ਕਿਹੜਾ ਦੇਸ਼ ਹੈ ਵੀ ਸਵਿਟੀਅਰਲੈਂਡ ਨੰਬਰ 5 ਲੋਕਤੰਤਰ ਦੇ ਮੂਲਯ ਆਦਰਸ਼ ਡੈਸ਼ ਤੇ ਡੈਸ਼ ਹਨ ਸਮਾਨਤਾ ਤੇ ਸੁਤੰਤਰਤਾ ਸਮਾਨਤਾ ਤੇ ਸੁਤੰਤਰਤਾ ਲੋਕਤੰਤਰ ਦੇ ਮੂਲਯ ਆਦਰਸ਼ ਹਨ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਣੇ ਕੋਲ ਸਹੀ ਗਲਤ ਠੀਕ ਹੈ ਕਹਿੰਦਾ ਇਹ ਇਟਲੀ ਕੇ ਵਾਕਾਂ ਸਾਹਮਣੇ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਹਾਂਜੀ ਤਾਂ ਪਹਿਲਾਂ ਆਪਣੇ ਕੋਲ ਵੀ ਭਾਰਤ ਵਿੱਚ ਭਾਰਤੀਕ ਲੋਕਤੰਤਰੀ ਗਣਰਾਜ ਹੈ ਸਹੀ ਹੈ ਵੀ ਹਾਂਜੀ ਬਿਲਕੁਲ ਸਹੀ ਹੈ ਭਾਰਤੀਕ ਲੋਕਤੰਤਰੀ ਗਣਰਾਜ ਨੰਬਰ 2 ਸਵਿਟੇਰਲੈਂਡ ਹੀ ਅਜਿਹਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਹੈ ਬਿਲਕੁਲ ਠੀਕ ਹੈ ਆਪਾਂ ਉੱਪਰ ਪੜ੍ਹ ਕੇ ਆਏਗੇ ਨੰਬਰ 3 ਸਾਡੇ ਦੇਸ਼ ਵਿੱਚ ਵੋਟ ਪਾਉਣ ਦਾ ਅਧਿਕਾਰ ਕੁਝ ਬਾਲਗਾਂ ਨੂੰ ਹੀ ਪ੍ਰਾਪਤ ਹੈ ਨਹੀਂ ਗਲਤ ਹੈ ਸਾਰੇ ਬਾਲਗਾਂ ਨੂੰ ਪ੍ਰਾਪਤ ਹੈ ਜਿਨ੍ਹਾਂ ਦੀ ਉਮਰ 18 ਸਾਲ ਜਾਂ 18 ਸਾਲ ਤੋਂ ਵੱਧ ਹੈ ਉਹ ਸਾਡੇ ਦੇਸ਼ ਵਿੱਚ ਵੋਟ ਪਾ ਸਕਦੇ ਹਨ ਨੰਬਰ 4 ਲੋਕਤੰਤਰੀ ਦੇਸ਼ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ ਹਾਂਜੀ ਬਿਲਕੁਲ ਸਹੀ ਹੈ ਨੰਬਰ 5 ਆਧੁਨਿਕ ਲੋਕਤੰਤਰ ਦੀ ਸਥਾਪਨਾ ਪਹਿਲਾ ਫਰਾਂਸ ਦੇਸ਼ ਵਿੱਚ ਹੋਈ ਸੀ ਨਹੀਂ ਗਲਤ ਕਿੱਥੇ ਹੋਈ ਸੀ ਵੀ ਇਹ ਯੂਨਾਨ ਦੇ ਸ਼ਹਿਰ ਇਥንስ ਦੇ ਵਿੱਚ ਹੋਈ ਸੀ ਠੀਕ ਹੈ ਤਾਂ ਇਹ ਪੰਜ ਆਪਣੇ ਕੋਲ ਸਹੀ ਗਲਤ ਹੈਗੇ ਇਸ ਤੋਂ ਅੱਗੇ ਆਉ ਬਹੁ ਵਿਕਲਪੀ ਪ੍ਰਸ਼ਨ ਠੀਕ ਹੈ ਬਹੁ ਵਿਕਲਪੀ ਪ੍ਰਸ਼ਨ ਕਿਹੜੇ ਹੁੰਦੇ ਆ ਵੀ ਮਲਟੀਪਲ ਚੋਇਸ ਕੁਸਚਨ ਹਨ ਤਾਂ ਪਹਿਲਾ ਹੈ ਆਪਣੇ ਕੋਲ ਲੋਕਤੰਤਰੀ ਸਰਕਾਰ ਲੋਕਾਂ ਦੀ ਲੋਕਾਂ ਲਈ ਅਤੇ ਲੋਕਾਂ ਦੁਆਰਾ ਹੈ ਇਹ ਕਥਨ ਕਿਸ ਦੇ ਵੀ ਇਬਰਾਹਿਮ ਲਿੰਕਨ ਦੇ ਠੀਕ ਹੈ ਇਹ ਕੀ ਦੀ ਕੋਟੇਸ਼ਨ ਹੈਗੀ ਇਬਰਾਹਿਮ ਲਿੰਕਨ ਦੀ ਨੰਬਰ 2 ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾਗਾ ਲੋਕਤੰਤਰੀ ਸਰਕਾਰ ਨੂੰ ਉੱਪਰ ਪੜ੍ਹ ਕੇ ਆਏਗੇ ਨੰਬਰ 3 ਸੰਸਦੀ ਲੋਕਤੰਤਰੀ ਸਰਕਾਰਾਂ ਵਾਲੇ ਦੇਸ਼ਾਂ ਵਿੱਚ ਦੇਸ਼ ਦੇ ਮੁਖੀ ਕਿੰਨੀ ਤਰ੍ਹਾਂ ਦੇ ਵੀ ਦੋ ਪ੍ਰਕਾਰ ਦੇ ਹੁੰਦੇ ਆਏ ਅਸਲ ਮੁਖੀ ਅਸਲ ਕਾਰਜਪਾਲਿਕਾ ਮੁਖੀ ਤੇ ਨਾਮ ਅਧਰੁਮੀ ਠੀਕ ਹੈ ਤਾਂ ਇਹ ਤੁਹਾਡਾ ਜਿਹੜਾ ਪਾਠ ਨੰਬਰ 18 ਸੀ ਨਾਗਰਿਕ ਸ਼ਾਸਤਰ ਦਾ ਇੱਕੋ ਇੱਕ ਪਾਠ ਆਪਣਾ ਠੀਕ ਹੈ ਇਹਦੇ ਆਪਾਂ ਪ੍ਰਸ਼ਨ ਉੱਤਰਾਂ ਖਾਲੀ ਥਾਂမှာ ਸਹੀ ਗਲਤ ਤੇ ਵਿਕਲਪੀ ਪ੍ਰਸ਼ਨ ਕੀਤੇ ਹੈ ਕਿ ਤੁਸੀਂ ਇਹਨਾਂ ਸਾਰਿਆਂ ਨੂੰ ਆਪਣੀ ਕਾਪੀ ਦੇ ਉੱਪਰ ਧਿਆਨ ਨਾਲ ਨੋਟ ਕਰਨਾ ਲਿਖ ਲੈਣਾ ਬੇਟਾ ਤਾਂ ਜੋ ਤੁਹਾਨੂੰ ਬਾਅਦ ਦੇ ਵਿੱਚ ਯਾਦ ਕਰਨ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਠੀਕ ਹੈ ਤੁਸੀਂ ਇਸ ਵੀਡੀਓ ਨੂੰ ਜਿਹੜੇ ਤੁਹਾਡੇ ਮਿੱਤਰ ਹੈਗੇ ਸਾਥੀ ਹੈਗੇ ਉਹਨਾਂ ਨੂੰ ਵੀ ਸ਼ੇਅਰ ਕਰ ਦਿਓ ਸੈਂਡ ਕਰ ਦਿਓ ਤਾਂ ਜੋ ਵੀ ਆਪਣਾ ਕੰਮ ਨਾਲ ਦੀ ਨਾਲ ਪੂਰਾ ਕਰਦੇ ਰਹਿਣ ਠੀਕ ਹੈ ਜੀ ਜਲਦੀ ਆਪਾਂ ਜਿਹੜਾ ਤੁਹਾਡਾ ਮਈ ਤੋਂ ਅਗਲਾ ਸਿਲੇਬਸ ਹੈਗਾ ਉਹ ਤਿਆਰ ਕਰਾਂਗੇ ਤੇ ਤੁਹਾਨੂੰ ਜਿਹੜੀ ਵੀਡਿਓਜ਼ ਹੈਗੀ ਉਹ ਮਿਲਦੀਆਂ ਰਹਿਣਗੀਆਂ ਠੀਕ ਹੈ ਬੇਟਾ ਓਕੇ ਜੀ ਧੰਨਵਾਦ